ਸਾਹਿਬ ਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਾਂ ਇਹ ਸਾਰਾ ਪਰਿਵਾਰ ਸਤਿਗੁਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਇੱਕ ਸਤ ਸੰਗਤ ਦੇ ਰੂਪ ਵਿੱਚ ਇਕੱਤਰ ਹੋਏ ਹੋ ਮਹਾਰਾਜ ਸੱਚੇ ਬਾਦਸ਼ਾਹ ਸਾਨੂੰ ਗੁਰਬਾਣੀ ਦੁਆਰਾ ਸਮਝਾਉਂਦੇ ਜਿਹੜਾ ਇਹ ਖੇਲ ਚੱਲ ਰਿਹਾ ਹੈ ਦਿਨ ਤੇ ਰਾਤ ਦੇ ਰੂਪ ਵਿੱਚ ਇਸ ਨੂੰ ਸਮਝਣ ਵਾਸਤੇ ਸਾਨੂੰ ਪਹਿਲਾਂ ਪੂਰਾ ਗੁਰੂ ਚਾਹੀਦਾ ਹੈ ਫਿਰ ਜੇ ਪੂਰਾ ਗੁਰੂ ਮਿਲ ਜੇ ਅਸੀਂ ਉਸ ਦਾ ਸਾਥ ਕਰੀਏ ਉਹਦਾ ਸੰਗ ਕਰੀਏ ਜੋ ਸਮਝਾਉਂਦਾ ਉਸ ਨੂੰ ਸਮਝੀਏ ਫਿਰ ਜਿਹੜਾ ਇਹ ਖੇਲ ਸਾਨੂੰ ਸਮਝਾਉਂਦਾ ਹੈ ਜਦੋਂ ਅਸੀਂ ਇਸ ਖੇਲ ਨੂੰ ਸਮਝਦੇ ਵੀ ਸਮਝਦੇ ਵੀ ਆ ਜਾਂ ਸ਼ਬਦ ਦੇ ਲੈਣੇ ਵੀ ਹੈ ਫਿਰ ਵੀ ਜਦੋਂ ਅਸੀਂ ਖੇਲਦੇ ਹੈ ਇਹਨਾਂ ਪੰਜਾਂ ਦੇ ਨਾਲ ਉਦੋਂ ਸਾਥੋਂ ਕਾਫੀ ਤਰ੍ਹਾਂ ਦੇ ਫਾਉਲ ਹੋ ਜਾਂਦੇ ਹੈ ਸਾਡੇ ਤੋਂ ਕੋਈ ਐਸੇ ਸ਼ਬਦ ਬੋਲੇ ਜਾਂਦੇ ਹੈ ਜਿਸ ਦੇ ਨਾਲ ਸਾਡੇ ਮਨ ਦਾ ਸਤਲ ਨੂੰ ਫਿਰ ਵਿਗੜ ਜਾਂਦਾ ਹੈ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਜਿਹੜੀ ਸਤ ਸੰਗਤ ਹੈ ਇਹ ਜਿਵੇਂ ਜਿਵੇਂ ਅਸੀਂ ਲਗਾਤਾਰ ਕਰਾਂਗੇ ਹੌਲੀ ਹੌਲੀ ਸਾਨੂੰ ਭੇਤ ਲੱਗੇਗਾ ਵੀ ਇਹ ਖੇਲ ਕਿਵੇਂ ਚੱਲ ਰਿਹਾ ਹੈ ਜਿਸ ਦਿਨ ਅਸੀਂ ਆਪਦੇ ਦੇਸ਼ ਨੂੰ ਦੇਖ ਲਾਂਗੇ ਆਪਦੇ ਘਰ ਨੂੰ ਦੇਖ ਲਾਂਗੇ ਆਪਦੇ ਮਾਪਿਆਂ ਨੂੰ ਦੇਖ ਲਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਇੱਥੇ ਆਉਣ ਜਾਣ ਦਾ ਸਿਸਟਮ ਉਸੋਖਾ ਹੋ ਜਾਏਗਾ ਬੇਤ ਲੱਗ ਜਾਏਗਾ ਵੀ ਅਸੀਂ ਇੱਕ ਪ੍ਰਾਣਚਾਰੀ ਦੇ ਰੂਪ ਚ ਆਉਣੇ ਆ ਖਿਡਾਰੀ ਦੇ ਰੂਪ ਚ ਆਉਣੇ ਆ ਤੇ ਖੇਡਣ ਤੋਂ ਬਾਅਦ ਅਸੀਂ ਵਾਪਸ ਜਾਣਾ ਹੁੰਦਾ ਹੈ ਲੇਕਿਨ ਜਿਹੜੇ ਇੱਥੋਂ ਦੇ ਖਿਡਾਰੀ ਨੇ ਇਹ ਪੰਜੇ ਜਾਣੇ ਕਾਮ ਕਰੋਦ ਲੋ ਮਹੰਗਾਰ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਜੀਵ ਸਾਥੋਂ ਜਿੱਤ ਕੇ ਵਾਪਸ ਨਾ ਜਾਵੇ ਆਰ ਕੇ ਜਾਵੇ ਤਾਂ ਕਰਕੇ ਇਹ ਦੌਧਾ ਬੁਲਾਉਂਦੇ ਨੇ ਜੋ ਹੀ ਅਸੀਂ ਨਜਮੈਲ ਤੋਂ ਨਿਕਲਦੇ ਆ ਇਹ ਪਹਿਰੇ ਤੇ ਬੈਠੇ ਹੁੰਦੇ ਜਿਸ ਨੂੰ ਮਹਾਰਾਜ ਕਹਿੰਦੇ ਪੰਜ ਪੈਰੂਆ ਧਰਮੇ ਰਹਤੇ ਤਨ ਕਾ ਨਹੀਂ ਪਤਿਆਰਾ ਜੇ ਤਸ ਜੇਤ ਚਿਤ ਹੋਈ ਰਹੋ ਤੋ ਲੈ ਪ੍ਰਕਾਸ਼ ਅਜਾਰਾ ਕਹਿੰਦੇ ਜੋ ਹੀ ਤੁਸੀਂ ਨਿਜ ਮਹਿਲ ਦੇ ਵਿੱਚੋਂ ਬਾਹਰ ਆਉਣਾ ਤੇ ਤੁਸੀਂ ਪ੍ਰਕਾਸ਼ ਲੈ ਕੇ ਆਉਣਾ ਸ਼ਬਦ ਜੇ ਤੁਸੀਂ ਪ੍ਰਕਾਸ਼ ਤੋਂ ਬਿਨਾਂ ਆ ਗਏ ਫਿਰ ਤੁਹਾਡਾ ਪੌਣ ਦਾ ਸਤਲਨ ਵਿਗੜ ਜਾਗ ਵਗਾੜ ਦੇਣਗੇ ਲੋਕ ਤੇ ਤੁਹਾਨੂੰ ਇਸ ਸਰੀਰ ਦੇ ਨਾਲ ਜੋੜ ਦੇਣਗੇ ਤੁਸੀਂ ਇਹਨੂੰ ਆਪਦਾ ਸਮਝ ਲੋਗੇ ਨਾਮ ਬਾਰੇ ਖੋਜੋਗੇ ਨਹੀਂ ਸਵਾਸਨ ਦਾ ਖਿਆਲ ਨਹੀਂ ਰੱਖੋਗੇ ਰਤਨ ਤੁਹਾਡੇ ਲੁੱਟ ਲੈਣਗੇ ਅਮਰ ਤੁਹਾਡਾ ਹੀ ਲੁੱਟ ਲੈਣਗੇ ਇਸ ਕਰਕੇ ਮਹਾਰਾਜ ਸਮਝਾਉਂਦੇ ਐ ਸਾਨੂੰ ਗੁਰਬਾਣੀ ਵਿੱਚ ਪੰਜ ਪੈਰੂਆ ਧਰਮੇ ਰਹਤੇ ਤਨ ਕਾ ਨਹੀਂ ਪਿਤਿਆਰਾ ਚੇਤ ਸਚੇਤ ਸਚੇਤ ਚਿਤ ਹੋਏ ਰਹੋ ਤੋ ਲੈ ਪ੍ਰਕਾਸ਼ ਹਜਾਰਾ ਨੌ ਦਰ ਦੇਖ ਜੋ ਕਾਮਣ ਭੂਲੀ ਬਸਤ ਅਨੂਪ ਨਾ ਪਾਈ ਕਹੋ ਕਬੀਰ ਨਾਵੇਂ ਕਰ ਮੂਸੇ ਦਸਵੇਂ ਤਤ ਸਮਾਈ ਮਹਾਰਾਜ ਸਾਨੂੰ ਸਾਵਧਾਨ ਕਰਦੇ ਆ ਕਹਿੰਦੇ ਪੁੱਤ ਇਹ ਜਿਹੜਾ ਨਾਮ ਹੈ ਇਹ ਤਾਂ ਦਸਵੇਂ ਦਵਾਰ ਵਿੱਚ ਹੈ ਤਤ ਕਹਿੰਦੇ ਇਹਨੂੰ ਤੇ ਜੇ ਤੁਸੀਂ ਨੌਂ ਦਰਾਂ ਤੱਕ ਹੀ ਸੀਮਤ ਰਹਿ ਗਏ ਦਸਵੇਂ ਨਾਲੋਂ ਸੰਪਰਕ ਹੀ ਤੋੜ ਲਿਆ ਤੇ ਫਿਰ ਨਾ ਤੁਹਾਨੂੰ ਨਾਮ ਸੁਣਨਾ ਨਾ ਤੁਹਾਨੂੰ ਅਮਰਤ ਆਉਣਾ ਉਸ ਅਵਸਥਾ ਵਿੱਚ ਤੁਸੀਂ ਫਿਰ ਭਾਗਾਂ ਤੋਂ ਹੀਣੇ ਹੋ ਜਾਓਗੇ ਠੀਕ ਹੈ ਕੀ ਹੋ ਜੋਗੇ ਬਾਗਾ ਤੋਂ ਹੀਨੇ ਉਹਨੂੰ ਮਹਾਰਾਜ ਕਹਿੰਦੇ ਵੀ ਜਿੰਨ ਹਰ 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 ਅਸ ਨਾਮ ਨਾ ਪਾਇਆ ਤੇ ਭਾਗ ਹੀਨ ਜਗ ਪਾਸ ਉਹ ਭਾਗਾ ਤੋਂ ਹੀਨੇ ਨੇ ਤੇ ਜਮਾਂ ਦੇ ਵਸ ਨੇ ਇਸ ਕਰਕੇ ਗੁਰਮੁਖ ਪਿਆਰਿਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਗੁਰਬਾਣੀ ਸਾਡਾ ਗੁਰੂ ਹੈ ਜੋ ਜੋ ਵੀ ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ ਨੇ ਅਸੀਂ ਉਸ ਨੂੰ ਮੰਨਣਾ ਸ਼ੁਰੂ ਕਰੀਏ ਜਦੋਂ ਮੰਨਾਂਗੇ ਭੇਤ ਲੱਗ ਜਾਏਗਾ ਸੁਖੀ ਹੋ ਜਾਾਂਗੇ ਇਸ ਕਰਕੇ ਅੱਜ ਆਪਾਂ ਨੂੰ ਗੁਰਬਾਣੀ ਗੁਰੂ ਹੁਕਮ ਦੇ ਰਹੇ ਨੇ ਸੱਚੇ ਬਾਦਸ਼ਾਹ ਸੰਤੋ ਮਨ ਪਵਣੇ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਣਿਆ ਰਹਾਓ ਗੁਰ ਦੇ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮੀਟਿਆ ਉਭਾ ਕਰਿਆ ਕਹ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਨਿਆ ਹੁਣ ਮਹਾਰਾਜ ਸਾਨੂੰ ਸਮਝਾ ਰਹੇ ਨੇ ਜਦੋਂ ਅਸੀਂ ਸੰਗਤ ਕਰਦੇ ਸਾ ਸੰਗ ਦੇ ਵਿੱਚ ਬੈਠਦੇ ਆਬਿਆਸ ਸ਼ੁਰੂ ਹੋ ਜਾਂਦਾ ਸਾਡੇ ਮਨ ਨੂੰ ਸੰਤ ਕਹਿ ਕੇ ਸਬੋਧਨ ਕੀਤਾ ਜਾਂਦਾ ਸੰਤੋ ਮਨ ਪਵਣੇ ਸੁਖ ਬਣਿਆ ਕਹਿੰਦੇ ਇਸ ਬੌਨ ਨੂੰ ਸਮ ਕਰ ਲਿਆ ਮਨ ਨੇ ਤੇ ਸੁਖ ਬਣ ਗਿਆ ਇਸ ਪਉਨ ਨੇ ਸੁੰਨ ਤੱਕ ਲੈ ਗਈ ਇਹ ਮਨ ਨੂੰ ਕਹਿੰਦੇ ਕਿਛ ਜੋਗ ਪ੍ਰਾਪਤ ਗਣਿਆ ਕਹਿੰਦੇ ਹੁਣ ਪਤਾ ਲੱਗਿਆ ਕਿਛ ਜੋਗ ਦਾ ਵਿਧੀ ਦਾ ਤਰੀਕੇ ਦਾ ਕਿਵੇਂ ਜੁੜਨਾ ਹੈ ਅਸੀਂ ਜੁੜਿਆ ਨਾਲ ਤੇ ਹੁਣ ਇਸ ਅਵਸਥਾ ਵਿੱਚ ਲਿਜਾ ਕੇ ਸਾਨੂੰ ਗੁਰੂ ਨੇ ਸਮਝਾਉਣਾ ਸ਼ੁਰੂ ਕੀਤਾ ਸਾਡਾ ਮਨ ਜਾਗ ਪਿਆ ਤੇ ਗੁਰੂ ਦੱਸਣ ਲੱਗਾ ਵੀ ਦੇਖੋ ਉਹ ਮੋਰੀਏ ਜਿੱਥੋਂ ਦੀ ਇਹ ਚੋਰ ਪੈਂਦੇ ਨੇ ਮਿਰਗ ਪੈਂਦੇ ਨੇ ਮਾਰੇ ਕੀ ਕਹਿੰਦੇ ਕਹਿੰਦੇ ਗੁਰ ਦੇ ਖਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਕਹਿੰਦੇ ਪੰਜੇ ਜਣੇ ਐਸ ਮੋਰੀ ਵਿੱਚ ਦੀ ਤੁਹਾਡੀ ਪੂੰਜੀ ਲੁੱਟਦੇ ਨੇ ਤੁਹਾਡਾ ਅਮਰਤ ਲੁੱਟਦੇ ਨੇ ਉਹ ਸਾਡੇ ਜਿਹੜੇ ਨੌਦਾਰ ਨੇ ਇਹਨਾਂ ਨੂੰ ਮੋਰੀ ਕਹਿ ਗਿਆ ਇਹਨਾਂ ਦੇ ਵਿੱਚ ਇਹਨਾਂ ਪੰਜਾਂ ਦਾ ਆਉਣਾ ਜਾਣਾ ਚੋਰਾਂ ਦਾ ਫਿਰ ਗੁਰੂ ਨੇ ਤਰੀਕਾ ਦੱਸਿਆ ਵੀ ਤੁਸੀਂ ਹੁਣ ਇਹਨਾਂ ਨੂੰ ਬੰਦ ਕਰੋ ਨੌ ਦਰਾਂ ਨੂੰ ਬੰਦ ਕਰੋ ਕਿਵੇਂ ਕਰੋਗੇ ਕਿ ਤੁਸੀਂ ਸ਼ਿਮਨ ਕਰੋ ਅੱਖਾਂ ਬੰਦ ਕਰ ਲੈਣੀਆਂ ਅੰਦਰ ਨੂੰ ਜਾਂਦੇ ਸਵਾਸ ਨਾਲ ਵਾਹਿ ਬੋਲਣਾ ਬਾਹਰ ਨੂੰ ਉਹਦੇ ਨਾਲ ਗੁਰੂ ਬੋਲਣਾ ਜਿਵੇਂ ਜਿਵੇਂ ਬੋਲੀ ਜਾਓਗੇ ਸੁਣੀ ਜਾਓਗੇ ਇਹ ਨੌ ਦਰਵਾਜ਼ੇ ਬੰਦ ਹੋ ਜਾਣਗੇ ਤੇ ਤੁਸੀਂ ਦਸਵੇਂ ਵਿੱਚ ਪ੍ਰਵੇਸ਼ ਹੋ ਜਾਓਗੇ ਆਓ ਨਾਲ ਨਾਲ ਅੱਬਾ ਪ੍ਰੈਕਟੀਕਲ ਵੀ ਕਰੀਏ

ਗੀਰ ਵਾ 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 ਗੀਰ ਵਾ

ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਸ ਤਰ੍ਹਾਂ ਗੁਰਮ ਪਿਆਰਿਓ ਆਪਾਂ ਆਪਦੀ ਆਵਾਜ਼ ਨੂੰ ਸੁਣਾਂਗੇ ਸੋਂਦੇ ਸੋਂਦੇ ਸਾਡਾ ਮਨ ਜਿਹੜਾ ਉਹ ਅੰਤਰਗਤ ਹੁੰਦਾ ਜਾਏਗਾ ਨੌ ਦਰ ਬੰਦ ਹੋ ਜਾਣਗੇ ਦਰ ਤੇ ਪਹੁੰਚਾਂਗੇ ਉਥੇ ਕਈ ਵਾਰੀ ਫਿਰ ਸਾਨੂੰ ਨੀਂਦ ਆ ਜਾਂਦੀ ਐ ਜੀ ਸੌ ਜਾਂਦੇ ਐ ਲੇਕਿਨ ਉਥੇ ਆਪਾਂ ਜਾਗਤ ਅਵਸਥਾ ਵਿੱਚ ਰਹਿਣਾ ਹੁੰਦਾ ਹੈ ਉਥੋਂ ਫਿਰ ਉਸ ਅਧਰ ਤੇ ਕਈ ਤਰ੍ਹਾਂ ਦੇ ਸ਼ਬਦ ਚੱਲਦੇ ਨੇ ਜਿਵੇਂ ਮਾਰਗ ਕਹਿੰਦੇ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ ਹੁਣ ਉਸ ਦਰ ਦੇ ਸ਼ਬਦ ਚੱਲ ਰਹੇ ਨੇ ਲੇਕਿਨ ਹੁਣ ਆਪਾਂ ਉੱਥੇ ਬੈਠ ਕੇ ਵੇਟ ਕਰਨੀ ਹੁੰਦੀ ਹੈ ਵੀ ਸਤਗੁਰ ਦਾ ਬੇੜਾ ਆਵੇ ਤੇ ਅਸੀਂ ਉੱਤੇ ਸਵਾਰ ਹੋਈਏ ਜਿਸ ਨੂੰ ਮਹਾਰਾਜ ਕਹਿੰਦੇ ਆ ਵੀ ਸਤਗੁਰ ਹੈ ਬੋਇ ਥਾ ਸ਼ਬਦ ਲਗਾਵਣ ਹਾਰ ਤਿੱਥੇ ਪਵਨ ਨਾ ਪਾਵ ਕੋ ਜਲ ਨਾ ਆਕਾਰ ਉੱਥੇ ਪਉਣ ਪਾਣੀ ਬਸੰਤਰ ਹੈ ਨਹੀਂ ਇਸ ਕਰਕੇ ਫਿਰ ਉੱਥੇ ਜਦੋਂ ਆਪਾਂ ਬੈਠਾਂਗੇ ਦਾ ਅਸਲ ਲਾ ਕੇ ਦਰ ਤੇ ਜਿਸ ਨੂੰ ਮਾਰ ਕਹਿੰਦੇ ਹਰ ਦਰ ਸੇਵੇ ਲੱਖ ਭੇਵੇ ਨਿਚ ਲਾਸਨ ਪਾਇਆ ਉੱਥੇ ਬੈਠ ਗਏ ਆਪਾਂ ਉੱਥੋਂ ਜੋ ਹੀ ਸ਼ਬਦ ਨੂੰ ਸੁਣਾਂਗੇ ਉਸ ਆਵਾਜ਼ ਨੂੰ ਤੇ ਅਸੀਂ ਆਪਦੇ ਘਰ ਦਸਵੇਂ ਦਵਾਰ ਚਲੇ ਜਾਵਾਂਗੇ ਉੱਥੇ ਜਦੋਂ ਜਾਵਾਂਗੇ ਉਥੇ ਸਾਨੂੰ ਪੀਣ ਨੂੰ ਅੰਮ੍ਰਿਤ ਮਿਲੇਗਾ ਸਾਡੇ ਘਰ ਦੇ ਵਿੱਚ ਅੰਮ੍ਰਿਤ ਦੀ ਪ੍ਰਸ਼ਾਦਾਕਾ ਜਾਏਗਾ ਇਸ ਕਰਕੇ ਮਾਰੇ ਕਹਿੰਦੇ ਵੀ ਉਥੇ ਅੰਮ੍ਰਿਤ ਵੰਡਿਏ ਸੁਖਿਆ ਹਰ ਕਰਨੇ ਹੁਣ ਮਾਰੇ ਕਹਿੰਦੇ ਵੀ ਕਉਮ ਬਕਮਲ ਜਲ ਭਰਿਆ ਜਲ ਪੀਟਿਆ ਜਲ ਪੀਟਿਆ ਉੱਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਹੁਣ ਗੁਰਮੁਖ ਪਿਆਰਿਓ ਜਿੰਨਾ ਚਿਰ ਬਾਬਾ ਕਬੀਰ ਜੀ ਸਾਨੂੰ ਇਹ ਗੱਲ ਕਹਿੰਦੇ ਆਂ ਵੀ ਅਸੀਂ ਉਸ ਮਾਲਕ ਨੂੰ ਜਾਨ ਨਹੀਂ ਲੈਂਦੇ ਕਹੋ ਕਬੀਰ ਜਨ ਜਾਣਿਆ ਜਉ ਜਾਣਿਆ ਤੋਂ ਮਨ ਮੰਨਿਆ ਫਿਰ ਕਹਿੰਦੇ ਮਨ ਮੰਨ ਗਿਆ ਹੁਣ ਕਹਿੰਦੇ ਵੀ ਸਾਡਾ ਮਨ ਮੰਨ ਗਿਆ ਏ ਤੇ ਅਸੀਂ ਸੁਖੀ ਹੋ ਗਏ ਉਹ ਅਮਰਤ ਦੇਈ ਜਾਂਦਾ ਏ ਉਹਨੇ ਪਿਆਲਾ ਸਾਡੇ ਮੂੰਖ ਨੂੰ ਲਾ ਛੱਡਿਆ ਤੇ ਅਸੀਂ ਪੀ ਜਾਂਦੇ ਨਿਰਮਰ ਕਹਿੰਦੇ ਪਵਨ ਪਿਆਲਾ ਸਾਜਿਆ ਉਹਨੇ ਪਵਨ ਦਾ ਪਿਆਲਾ ਸਾਡੇ ਮੂੰਖ ਨੂੰ ਲਾਤਾ ਨਾਉ ਪਿੱਛੇ ਠਾਉਂਦਾ ਏ ਨਾ ਅਸੀਂ ਪੀ ਨਾ ਓਟਦੇ ਇਸ ਕਰਕੇ ਅਸੀਂ ਉਹਦੇ ਗੁਣ ਗਾਈ ਜਾਂਦੇ ਜਿਹਨੂੰ ਮਹਾਰਾਜ ਕਹਿੰਦੇ ਵੀ ਨਾਨਕ ਨਾਮ ਰਤੇ ਸੱਚ ਅਮਲੀ ਸੱਚਾ ਮਲੇ ਲੱਗਿਆ ਉਹ ਅਸੀਂ ਕਰ ਰਹੇ ਉਹਦੀ ਉਸਤਤ ਜਿਵੇਂ ਜਿਵੇਂ ਕਰੀ ਜਾਂਦੇ ਹੋਰ ਦੇ ਜਾਂਦਾ ਇਸ ਕਰਕੇ ਵੀ ਸਾਡਾ ਉਹਦਾ ਹੁਣ ਮਨ ਬੰਦ ਗਿਆ ਤੇ ਅਸੀਂ ਲੋਕਾਂ ਨੂੰ ਕਹਿੰਨੇ ਵੀ ਤੁਹਾਡੇ ਅੰਦਰ ਇੱਥੇ ਬੈਠਾ ਜੇ ਇਸ ਤਰੀਕੇ ਨਾਲ ਨੌਂਦਾਰ ਬੰਦ ਕਰੋ ਤੇ ਤੁਹਾਡੇ ਅੰਦਰ ਵਾਜੇ ਵੱਜਣਗੇ ਹਾਂਜੀ ਤੇ ਜਿਹੜੇ ਮੰਨਦੇ ਨੇ ਉਹ ਠੀਕ ਜਿਹੜੇ ਨਹੀਂ ਮੰਨਦੇ ਫਿਰ ਕੀ ਕੀਤਾ ਜਾਵੇ ਮਨ ਮਾਨੇ ਲੋਕ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀਜੇ ਕੀ ਕਰ ਸਕਦੇ ਕਹਿੰਦੇ ਇਸ ਕਰਕੇ ਗੁਰੂ ਪਿਆਰਿਓ ਜਿਹੜਾ ਇਹ ਖੇਲ ਹੈ ਸਾਨੂੰ ਗੁਰੂ ਨੇ ਸਮਝਾਉਣਾ ਹੁੰਦਾ ਜਿਵੇਂ ਜਿਵੇਂ ਉਹ ਸਮਝਾਉਂਦਾ ਹੈ ਸਟੈਪ ਵਾਈਜ਼ ਜੇਕਰ ਅਸੀਂ ਉਹਨੂੰ ਸਮਝ ਲੈ ਲਏ ਨੇ ਤੇ ਸਦਾ ਵਾਸਤੇ ਸੁਖੀ ਹੋ ਜਾਂਦੇ ਹੁਣ ਖੋਜ ਜਿਹੜੀ ਹੈ ਇਹ ਸੰਦਰਦੀ ਹੈ ਸਰੀਰ ਨੂੰ ਖੋਜਣਾ ਇਸ ਦੇ ਅੰਦਰ ਹੈ ਮਾਲਕ ਅੰਦਰ ਹੀ ਨਾਮ ਆ ਆ ਬਾਹਰ ਵੀ ਸਵਾਸ ਦੇ ਕੇ ਦਿੰਦਾ ਰੱਖ ਰਿਹਾ ਹੈ ਬਾਹਰ ਹੀ ਮੌਜੂਦ ਹੈ ਇਸ ਕਰਕੇ ਇਹਨੂੰ ਕਹਿੰਦੇ ਨੇ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋਰ ਅੰਧਾਰ ਕਿੰਨੇ ਗੁਰੂ ਤੋਂ ਬਿਨਾ ਨਹੀਂ ਭੇਤ ਲੱਗਦਾ ਇਸ ਕਰਕੇ ਬਾ ਕੋਸ਼ਿਸ਼ ਕਰਨੀ ਹੈ ਵੀ ਪਹਿਲਾ ਸੀਰ ਨੂੰ ਖੋਜਿਆ ਜਾਏ ਅੰਦਰੋਂ ਨਾਮ ਨੂੰ ਸੁਣੀਏ ਉਹਨੂੰ ਗਿਆਨ ਰਤਨ ਕਹਿੰਦੇ ਨੇ ਫਿਰ ਮਾਰੇ ਕਹਿੰਦੇ ਵੀ ਹਰਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਨਾਮ ਪ੍ਰਗਟ ਹੋ ਜਾਏਗਾ ਨਾਮ ਪ੍ਰਗਟ ਹੋ ਗਿਆ ਉਹਨੂੰ ਸੁਣਾਗੇ ਅਮਰਤਾ ਆਏਗਾ ਸਾਡੀ ਭਗਤੀ ਸ਼ੁਰੂ ਹੋ ਜਾਏਗੀ ਜਿਸ ਨੂੰ ਮਾਰੇ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੇ ਹੁਣ ਬਾਬਾ ਫਰੀਦ ਜੀ ਇਹੇ ਸਾਨੂੰ ਸਮਝਾ ਰਹੇ ਨੇ ਵੀ ਤੁਸੀਂ ਜਦੋਂ ਵੀ ਪ੍ਰਮਾਤਮਾ ਤੋਂ ਕੁਝ ਮੰਗਣਾ ਹੈ ਤੇ ਕੀ ਮੰਗਣਾ ਹੈ ਬੀ शेख ਫਰੀਦੇ ਸਾਡੇ ਵੱਲੋਂ ਬੇਨਤੀ ਕਰ ਰਹੇ ਨੇ ਆਪਦੇ ਆਪ ਨੂੰ ਸਾਡੀ ਜਗ੍ਹਾ ਤੇ ਲਿਆ ਕੇ شیخ ਫਰੀਦੇ ਖੈਰ ਦੀਜੇ ਬੰਦਗੀ ਤੇ ਮਾਰੇ ਸਾਨੂੰ ਭਗਤੀ ਦਾਤ ਬਖਸ਼ੋ ਜੇ ਤੇ ਤੂੰ ਖੁਸ਼ ਹੋਣਾ ਉਹਨੂੰ ਭਗਤੀ ਕਰਾਉਣਾ ਇਹ ਤੇਰੇ ਕੋਲੇ ਬਹੁਤ ਵੱਡੀ ਦਾਤ ਹੈ ਹੌਲੀ ਹੌਲੀ ਜਦੋਂ ਆਪਾਂ ਭਗਤੀ ਕਰਦੇ ਆਂ ਫਿਰ ਉਹ ਸਾਨੂੰ ਸਭ ਤੋਂ ਸਲਾਹ ਦਾ ਖਿਆਨੋ ਦੇ ਦਿੰਦਾ ਜਿਸ ਨੂੰ ਮਾਰ ਕੇ ਕਹਿੰਦੇ ਆ ਜਿਸ ਨੂੰ ਬਖਸ਼ਿਸ਼ ਦਿੱਤ ਸਲਾਹ ਨਾਨਕ ਪਾਸ਼ਾਹੀ ਪਾਤਸ਼ਾਹ ਤੇ ਸਿਫਤ ਖਜ਼ਾਨਾ ਜਿਹੜਾ ਹੈ ਨਾ ਉਹ ਸਪੈਸ਼ਲ ਬਖਸ਼ਿਸ਼ ਕਰਦਾ ਹੈ ਮਹਾਰਾਜ ਕੀ ਸਮਝਾ ਰਹੇ ਨੇ ਵੀ ਸਿਫਤ ਖਜ਼ਾਨਾ ਬਖਸ਼ ਹੈ ਜਿਸ ਦੇ ਸੋ ਖਰਚੇ ਖਾਏ ਬਿਨ ਸਤਗੁਰ ਹੱਥ ਨਾ ਆਵੇ ਸਭ ਥੱਕੇ ਕਰਮ ਕਮਾਈ ਇਸ ਕਰਕੇ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲ ਜਾਂਦਾ ਹੈ ਉਹ ਗੁਰਮਖ ਜਨ ਫਿਰ ਅੱਗੇ ਪ੍ਰਚਾਰ ਕਰਦੇ ਨੇ ਗੁਰੂ ਕਰਦਾ ਉਹਨਾਂ ਨੂੰ ਪਤਾ ਹੁੰਦਾ ਵੀ ਦੱਸਿਆ ਜਾਏ ਇਸ ਤਰ੍ਹਾਂ ਗੁਰੂ ਸਾਹਿਬ ਆਏ ਭਗਤ ਆਏ ਸੰਤ ਮਹਾਂਪੁਰਸ਼ ਆਏ ਉਹਨਾਂ ਨੇ ਪ੍ਰਚਾਰ ਕੀਤਾ ਜਿਨ੍ਹਾਂ ਕੇ ਜੀਵਨ ਨਾਲ ਸੰਗੀਤੋਂ ਦਾ ਲਾਹਾ ਲਿਆ ਜਿਸ ਤਰ੍ਹਾਂ ਤੁਸੀਂ ਵੇਖੋ ਬਾਬਾ ਈਸ਼ਰ ਸਿੰਘ ਜੀ ਰਤਵਾੜਾ ਰੜਾ ਸਾਹਿਬ ਵਾਲੇ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਉਹ 10 ਦੇ ਵੀ ਜਦ ਬਾਹਰ ਪ੍ਰਚਾਰ ਕਰਨ ਗਏ ਸੀ ਉੱਥੇ ਜਾਮ ਹੀ ਲੱਗੇ ਐਨਾ ਮਤਲਬ ਕਿ ਸੰਗਤ ਨੇ ਪਿਆਰ ਦਿਖਾਇਆ ਤੇ ਹੋਰ ਕਈ ਮਹਾਂਪੁਰਸ਼ ਨੇ ਬਾਬਾ ਨਾਨਕ ਸਿੰਘ ਜੀ ਨੇ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਉਹਨਾਂ ਬੜਾ ਪ੍ਰਚਾਰ ਕੀਤਾ ਜੀਵਨ ਦੱਸਿਆ ਵੀ ਗੁਰਬਾਣੀ ਗੁਰੂ ਨਾਲ ਜੁੜੋ ਇਹ ਸਾਡਾ ਗੁਰੂ ਹੈ ਦਸਵੇਂ ਪਾਸ਼ਾ ਲਣ ਲਾ ਕੇ ਗਿਆ ਸਾਨੂੰ ਇਹਦੇ ਫਿਰ ਹੁਣ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਪ੍ਰੈਕਟੀਕਲ ਰੂਪ ਦੇ ਵਿੱਚ ਸਮਝਾਇਆ ਜੀਵਾਂ ਨੂੰ ਤੇ ਅੱਜ ਜਿੰਨਾਂ ਜੀਵਾਂ ਨੇ ਵੀ ਸੰਤਾਂ ਮਹਾਂਪੁਰਸ਼ਾਂ ਦਾ ਸੰਗੀਤ ਆ ਕੇ ਪ੍ਰਚਾਰ ਕਰ ਰਹੇ ਨੇ ਇਸ ਕਰਕੇ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਮਹਾਂਪੁਰਸ਼ਾਂ ਦਾ ਬਚਨ ਮੰਨਦੇ ਹਾਂ ਉਹ ਸਾਨੂੰ ਗੁਰੂ ਨਾਲ ਜੋੜ ਦਿੰਦੇ ਨੇ ਆਪਦੇ ਨਾਲ ਨਹੀਂ ਜੋੜਦੇ ਕਿਸੇ ਥਾਂ ਨਾਲ ਨਹੀਂ ਜੋੜਦੇ ਉਹ ਸਾਨੂੰ ਗੁਰੂ ਨਾਲ ਜੋੜਦੇ ਨੇ ਤੇ ਗੁਰੂ ਸਾਡਾ ਸ਼ਬਦ ਹੈ। ਉਸ ਹੈ ਦੇ ਵਿੱਚ ਹੈ। ਜਿਸ ਨੂੰ ਮਾਰੇ ਕਹਿੰਦੇ ਸ਼ਬਦ ਗੁਰੂ ਸੁਰ ਤੁੰਟੇਲਾ। ਜਦੋਂ ਅਸੀਂ ਉਸ ਗੁਰੂ ਨਾਲ ਜੁੜਾਂਗੇ ਉਹਦੇ ਤੇ ਸਾਨੂੰ ਅਮਰਤ ਆਉਣਾ ਸ਼ੁਰੂ ਹੋਏਗਾ ਤੇ ਭਗਤੀ ਸ਼ੁਰੂ ਹੋਗੀ। ਸਾਡਾ ਪਰਮਾਤਮਾ ਦੇ ਨਾਲ ਪਿਆਰ ਸ਼ੁਰੂ ਹੋ ਗਿਆ। ਤੇ ਮਾਰੇ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ। ਜਿਵੇਂ ਜਿਵੇਂ ਗੁਰum ਪਿਆਰਿਓ ਭਗਤੀ ਕਰਾਂਗੇ ਸੁਖ ਮਿਲ ਜੇਗਾ ਰੋਜ ਪੜ੍ਹਦੇਓ ਕਿ ਅਨੁਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੇਖੋ ਕਿੰਨਾ ਸੌਖਾ ਸਮਝਾਇਆ ਹੈ ਹੁਣ ਜੇ ਜੀਵ ਗੁਰੂ ਦੇ ਆਖੇ ਨਾਂ ਲੱਗੇ ਤੇ ਗੁਰੂ ਕੀ ਕਰੇ ਸਾਰਾ ਸੁਖ ਤਾਂ ਪਿਆਏ ਅੰਦਰ ਹਾਂਜੀ ਖਜ਼ਾਨਾ ਤਾਂ ਪਿਆਏ ਅੰਦਰ ਘਰੇ ਪਿਆ ਮਾਰਕ ਕਹਿੰਦੇ ਘਰ ਤੁਨ ਹੁੰਦੇ ਜੱਗ ਉਹ ਖਾਮੂ ਆ ਠੀਕ ਹੈ ਤਨ ਕਰੇ ਲੇਕਨ ਭੁੱਖੂ ਭੁੱਖੂ ਕਰਦਾ ਵਿਚਾਰਾ ਇਸ ਸੰਸਾਰ ਦੇ ਵਿੱਚੋਂ ਸੁਖ ਲੱਭਦਾ ਪਿਆਏ ਦੇਸ਼ ਵਿਦੇਸ਼ ਵੀ ਜਾ ਰਿਹਾ ਹੈ ਮਾਰਕ ਕਹਿੰਦੇ ਧਨ ਜੋਰਨ ਕੀ ਮਨਸਾ ਤਾਂ ਕਰਕੇ ਜਾਂਦਾ ਹੈ ਕਦੇ ਕਿਤੇ ਕਦੇ ਕਿਤੇ ਕਦੇ ਇੱਥੇ ਖੇਤੀ ਕਰਦਾ ਹੈ ਕਦੇ ਕਦਾ ਯੂਪੀ ਜਾਣਾ ਹੈ ਉੱਥੇ ਠੀਕ ਹੈ ਅੰਜ ਕਿਤੇ ਹੋਰ ਪੈਦਾ ਹੈ ਲੇਕਿਨ ਜੇ ਉਹ ਗੁਰੂ ਦੀ ਗੱਲ ਨੂੰ ਮੰਨ ਲਏ ਸੰਗਤ ਆਜੇ ਸੰਤਾਂ ਦੇ ਆਖੇ ਲੱਗ ਜੇ ਤਾਂ ਉਹਨੂੰ ਭੇਜ ਲੱਗ ਜੂ ਖੇਤੀ ਕਰ ਜਿੰਨੀ ਮਰਜੀ ਆਹ ਦੇਖ ਤੇਰੇ ਅੰਦਰ ਨਾਮ ਦੀ ਖੇਤੀ ਇਹ ਕਰ ਨਾਮ ਖੇਤੀ ਬੀਜੋ ਭਾਈ ਮੀਤ ਗੁਰ ਸੇਵੋ ਸੌਦਾ ਕਰੋ ਨੀਤ ਹਾਂਜੀ ਰੋਜ਼ ਦੀ ਰੋਜ਼ ਕਰੋ ਸੌਦਾ ਜਿੰਨਾ ਜ਼ਿਆਦਾ ਸਿਮਰਨ ਕਰੋਗੇ ਲੋਕਾਂ ਨੂੰ ਦੱਸੋਗੇ ਅੱਗੇ ਸੰਗਤ ਚਾਹੋਗੇ ਭੇਤ ਲੱਗ ਜਾਏਗਾ ਸਾਰਾ ਇਸ ਕਰਕੇ ਹੁਣ ਨਵੇਂ ਪਾਸ਼ਾ ਨੇ ਬੜੀ ਬਾਤ ਕਿਰਪਾ ਕੀਤੀ ਹੈ ਆਪਣਾ ਕੈਂਪ ਫੇਰ ਆ ਗਿਆ 6 ਤਰੀਕ ਤੋਂ ਪਹਿਲਾਂ ਤੁਸੀਂ 5 ਤੋਂ 12 ਤੱਕ ਲਾਇਆ ਤੇ ਫਿਰ ਉਸ ਤੋਂ ਬਾਅਦ 24 ਤੋਂ 27 ਹਾਂਜੀ ਤੇ ਅੱਜ ਫਿਰ ਮਾੜ ਦੀ ਕਿਰਪਾ ਨਾਲ ਹੁਣ 3 ਤਰੀਕ ਹੋ ਗਈ ਜੀ ਤੇ 6 ਤਰੀਕ ਤੋਂ ਸ਼ੁਰੂ ਹੈ ਇਸ ਕਰਕੇ ਆਪ ਜੀ ਨੂੰ ਬੇਨਤੀ ਕਰਦੇ ਮੀ ਆਪ ਦੇ ਰਿਸ਼ਤੇਦਾਰ ਭੈਣ ਭਰਾਵ ਨੂੰ ਸਾਰਿਆਂ ਨੂੰ ਲੈ ਆਓ ਕਿਉਂਕਿ ਸਮਾਂ ਕਰਵਟ ਲੈ ਰਿਹਾ ਹੈ ਹਾਲਾਤ ਕੁਝ ਆਉਣ ਵਾਲੇ ਸਮੇਂ ਦੇ ਅੱਛੇ ਨਹੀਂ ਦਿਸਦੇ ਜੋ ਅਪਨ ਦਾਜਾ ਲਾਰੇ ਇਸ ਕਰਕੇ ਗਰਬਾਣੀ ਨੇ ਸਾਨੂੰ ਸਾਵਧਨ ਕੀਤਾ ਪੁੱਤ ਵਾਦ ਤੋਂ ਵਾਦ ਸਿਮਰਨ ਭਜਨ ਬੰਦਗੀ ਕਰੋ ਵਾਦ ਤੋਂ ਵਾਦ ਕਰੋ ਜਿਸ ਦੇ ਨਾਲ ਇਸ ਸੁੰਨ ਦੇ ਵਿੱਚ ਜਿਹੜੇ ਗਲਤ ਵਿਚਾਰ ਨੇ ਉਹਨਾਂ ਦਾ ਖਾਤਮਾ ਹੋ ਜਾਏ ਤੇ ਅਮਰਤ ਵਰਸਨਾ ਸ਼ੁਰੂ ਹੋ ਜਾਏ ਸੁੰਨ ਨੂੰ ਸਾਫ਼ ਕਰੋ ਪਹਿਲਾਂ ਤਾਂ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੇ ਸੇ ਪਰ ਅਪਕਾਰੀ ਅਜਿਹਾ ਤੋਂ ਆਪਾਂ ਸਵਾਸ ਲੈਨੇ ਨਿਰਗੁਣ ਕਹਿੰਦੇ ਇਹਨੂੰ ਸੁੰਨ ਵੀ ਕਹਿੰਦਾ ਹੈ ਇੱਥੇ ਵੀ ਜਿਹੜੇ ਵੀ ਜੀਵ ਆਪਾਂ ਚੰਗਾ ਮੰਦਾ ਬੋਲਦੇ ਹੈ ਤ੍ਰੈਗੁਣਾ ਦੇ ਵਿੱਚ ਜਮ ਹੋ ਜਾਂਦਾ ਹੈ ਚੌਥੇ ਪਾਜ ਹੋ ਜਾਂਦਾ ਦੂਜਾ ਤੇ ਜਦੋਂ ਇਥੋਂ ਦਾ ਸੰਤੁਲਨ ਵਿਗੜਦਾ ਹੈ ਨਾ ਉਦੋਂ ਫਿਰ ਪਾਪ ਵਧਣਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਕੁਦਰਤੀ ਆਫਤਾਵਾਂ ਵੀ ਸ਼ੁਰੂ ਹੁੰਦੀਆਂ ਨੇ ਤੇ ਆਪਾਂ ਜੀਵ ਜਿਨ੍ਹਾਂ ਨੂੰ ਤੇ ਮਾਰ ਨੇ ਕਿਰਪਾ ਕੀਤੀ ਜਿਨ੍ਹਾਂ ਨੂੰ ਇਸ ਪਾਸੇ ਲਾਇਆ ਸਾਰੇ ਜਿਹੜੇ ਤ੍ਰਿਸ਼ਨਾ ਤੋਂ ਪਰੁੱਟ ਕੇ ਤ੍ਰਿਸ਼ਨਾ ਨੂੰ ਛੱਡ ਕੇ ਹਰ ਇੱਕ ਆਦੇਮਨ ਦੀ ਇੱਛਾ ਨੂੰ ਛੱਡ ਕੇ ਇੱਕੋ ਹੀ ਬੇਨਤੀ ਕਰੀਏ ਕਿ ਮਹਾਰਾਜ ਜਗਤ ਜਲੰਦਾਰ ਆਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰੇ ਤੇ ਤੇ ਲਿਓ ਉਭਾਰ ਭਾਵੇਂ ਤੁਸੀਂ ਸਾਰੀਆਂ ਕਲਾ ਜਾਣਦੇ ਹੋ ਹਰ ਅੰਤਰ ਜਾਮੀ ਸਭ ਵਿਦ ਜਾਣੇ ਸਾਰੀਆਂ ਵਿਦਾ ਜਾਂਦਾ ਹੈ ਠੀਕ ਹੈ ਮੰਦੇ ਵੀ ਗਲਤੀ ਸਾਡੀ ਹੈ ਪਰ ਲੇਕਿਨ ਤੁਸੀਂ ਪਤਾ ਹੋ ਸਾਡੇ ਕਿਰਪਾ ਕਰਕੇ ਸਾਨੂੰ ਮਾਰਗ ਪਾਓ ਨਾਮ ਜਪਾਓ ਤਾਂ ਜੋ ਅਸੀਂ ਕਾਲ ਦੇ ਨਾਲ ਯੁੱਧ ਕਰਕੇ ਜਿੱਤ ਸਕੀਏ ਨੀਦਾ ਉਹ ਟੀਮ ਆਉਦੀ ਹੈ ਵੀ ਹੋ ਗਈ ਉਹਦੀ ਆ ਰਹੀ ਹੈ ਸਾਡੇ ਵੱਲ ਨੂੰ ਵੱਧ ਰਹੀ ਹੈ ਐਟਮ ਸ਼ਕਤੀ ਬਣਾ ਕੇ ਉਹ ਬਹਿ ਗਿਆ ਹੋਰ ਪਤਾ ਨਹੀਂ ਕੀ ਕੁਸ਼ ਇੱਕ ਨਵਾਂ ਉਹਨੇ ਵਾਇਰਸ ਤਿਆਰ ਕਰ ਲਿਆ ਕਾਲੇ ਕਰੋਨਾ ਜਾਗ ਪਤਾ ਨਹੀਂ ਕੀ ਕੀ ਹਾਂਜੀ ਆ ਕੋਈ ਓਮੀਕਰੋਨ ਕਹਿੰਦਾ ਜੀ ਕਹਿਣ ਤੋਂ ਭਾਵੇਂ ਵੀ ਦੂਜੀ ਟੀਮ ਐ ਵੀ ਹੋ ਰਹੀ ਏ ਇਸ ਕਰਕੇ ਸਾਨੂੰ ਚਾਹੀਦਾ ਸੀ ਸੁੱਤੇ ਨਾ ਰਹੀਏ ਸੁੱਤੇ ਨਾ ਰਹੀਏ ਇਹ ਉਦੋਂ ਪਤਾ ਲੱਗਣਾ ਜਦੋਂ ਉਸ ਟੀਮ ਨੇ ਆ ਕੇ ਆਪਾਂ ਨੂੰ ਟਾਲਿਆ ਫਿਰ ਕੀ ਕਰਾਂਗੇ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਕਈ ਲੋਕ ਜਿਵੇਂ ਪਾਕਿਸਤਾਨ ਤੇ ਨਿਸਤਾਨ ਦਾ ਜਦ ਹੋਇਆ ਜਦੋਂ ਕਈ ਬੇਚਲੇ ਹੋ ਗਏ ਮਾਰੇ ਗਏ ਨੁਕਸਾਨ ਹੋ ਗਿਆ ਉਹਨਾਂ ਦਾ ਜਦੋਂ ਸਰਕਾਰ ਨੇ ਅਲਰਟ ਕੀਤਾ ਜਿਹੜੇ ਨਿਕਲ ਗਏ ਨਿਕਲ ਗਏ ਇਸੇ ਤਰ੍ਹਾਂ ਸੱਚੀ ਸਰਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਹਾਈਲਰਟ ਕਰ ਰਹੇ ਨੇ ਅਲਰਟ ਨਹੀਂ ਹਾਈਲਰਟ ਰੈੱਡ ਅਲਰਟ ਕਰ ਰਹੇ ਨੇ ਕਿ ਬੁੱਤ ਬਿਲਕੁਲ ਆਲਸ ਨਾ ਕਰੋ ਉਹਦੇ ਵਿੱਚ ਹਰ ਜੰਬੰਦਿਆਂ ਖਿੰਟੇਲ ਨਾ ਕੀਜੇ ਮੇਰੀ ਜਿੰਦ ਢੀਗੇ ਮਤ ਜਾ ਪੈਸਾ ਆਵੇ ਕਿ ਨਾ ਆਵੇ ਰਾਮ ਮੰਨ ਲਓ ਜੇ ਆਟਮ ਚੱਲਦਾ ਆਕਸੀਜਨ ਖਤਮ ਹੋ ਜਾਣੀ ਆ ਕੀ ਖਤਮ ਹੋ ਜਾਣਾ ਆਕਸੀ ਸਾਰੀ ਕਪੈਸਿਟੀ ਖਤਮ ਹੋ ਜਾਣੀ ਹੈ ਸਮਰੱਥਾ ਹਰ ਇੱਕ ਚੀਜ਼ ਆ ਬਣ ਜੇਗੀ ਖੇਡ ਖਤਮ ਇਸ ਕਰਕੇ ਜੇ ਆਪਾਂ ਨਾਮ ਨਾਲ ਜੁੜੇ ਹੋਵਾਂਗੇ ਤੇ ਮਹਾਰਾਜ ਕਹਿੰਦੇ ਨੇ ਨਾਮ ਰਹੋ ਸਾਧੂ ਰਹੋ ਰਹੋ ਗੁਰਗੋ ਬਿੰਦ ਕੋਹ ਨਾਨਕ ਇਸ ਜਗਤ ਮੇ ਕਿੰਜ ਜਪਿਓ ਗੁਰਮਤ। ਗੁਰਮੰਤਰ ਨੂੰ ਕਮਾਓ ਵਾਹਿਗੁਰੂ ਵਾਹਿਗੁਰੂ ਕਰਕੇ। ਆਓ ਆਪਾਂ 2 ਮਿੰਟ ਵਾਸਤੇ ਸਿਮਰਨ ਕਰਕੇ ਮਹਾਰਾਜ ਕਿਰਪਾ ਕਰ। ਤੇਰੇ ਬੱਚੇ ਕੋਈ ਗੋਨ ਨਹੀਂ ਹੈਗਾ। ਔਗਣਾਂ ਦੇ ਭਰੇ ਆ। ਤੇ ਮਹਾਰਾਜ ਤੂੰ ਸਾਡਾ ਮਾਤਾ ਪਿਤਾ ਏ। ਤੇ ਮਹਾਰਾਜ ਕੀ ਸਮਝਾਉਂਦੇ ਨੇ ਕਹਿੰਦੇ ਸੁੱਤ ਅਪਰਾਤ ਕਰਤ ਹੈ ਜੀਤੇ ਜਨਨੀ ਚੀਤ ਨ ਰਾਖਸ ਤੇਤੇ ਰਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਮਰੇ ਕਿਰਪਾ ਕਰ ਬਖਸ਼ ਦੇ ਆਪ ਦੇ ਚਰਨਾਂ ਨਾਲ ਜੋੜ ਆਪ ਦੇ ਦਰਸ਼ਨ ਬਖਸ਼ਿਸ਼ ਕਰ ਤੇ ਸਾਰਿਆਂ ਦੇ ਸਿਰ ਤੇ ਮੇਰ ਪਰਿਆਥ ਰੱਖ ਮਹਾਰਾਜ तू ही समर्थ है एक तू समर्थ वड्डा मेरी मत थोरी राम आओ करो जी शुरू प्यारे प्यो करो बेनती वाह गिर 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 वाह ਗੁਰੂ ਵਾ 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 ਸ਼ੈ ਸ਼ੈ ਬੂਰਾ ਸੈਜੂ ਹਾਂਜੀ ਗੁਰੂ ਪਿਆਰਿਓ ਇਸ ਕਰਕੇ ਮਾਰੇ ਸੱਚੇ ਬਾਦਸ਼ਾਹ ਸਾਨੂੰ ਗੁਰਬਾਣੀ ਚ ਸਾਵਧਾਨ ਕਰਦੇ ਕਹਿੰਦੇ ਪੁੱਤ ਇਹ ਜੀਵਨ ਮਸਾ ਮਿਲਿਆ ਮਾਨਸ ਜਾਮਾ ਤੇ ਮਾਲਕ ਨੂੰ ਮਿਲਣ ਵਾਸਤੇ ਮਿਲਿਆ ਭਾਈ ਪ੍ਰਾਪਤ ਮਾਨੁੱਖ ਦਿਹਰੀਆ ਗੋਬਿੰਦ ਮਿਲਣ ਕੀ ਇਸ ਤ੍ਰਿਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਥ ਸੰਗਤ ਪੱਜ ਕੇਵਲ ਨਾ ਇਸ ਕਰਕੇ ਬੁੱਤੋ ਚਿੰਤਾ ਨਾ ਕਰ ਦਇਸ਼ਤ ਮਾਨ ਦੀ ਜਿਹੜੇ ਕਿਤੇ ਤੈਨੂੰ ਲਾਇਆ ਤੂੰ ਕਰ ਤੇ ਨਾਲ ਨਾਮ ਜਪ ਤੈਨੂੰ ਕੋਈ ਕਮੀ ਨਹੀਂ ਆਉਣ ਦਿੰਦਾ ਪ੍ਰਭ ਸਿਮਰਤਿ ਕਿਛ ਦਿਗ ਨਾ ਲਾਗੇ ਕੋਈ ਵਿਗੜਣੀ ਲਗਣਾ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਪਰ ਜੇ ਤੂੰ ਤ੍ਰੈ ਗੁਣਾ ਚਲੇ ਗਿਓ ਫਿਰ ਪਰਪੰਚ ਕਰੇਗਾ ਫਿਰ ਬਗਾਨਾ ਤਾਂ ਲੁੱਟਣ ਦੀ ਕੋਸ਼ਿਸ਼ ਕਰੇਗਾ ਬਹੁ ਪਰਪੰਚ ਕਰ ਪਰ ਧੰਨ ਲਿਆਵੇ ਸੋਤ ਦਾ ਰਾਬੇ ਆਣ ਲਟਾਵੇ ਮਨ ਭੂਲੇ ਮਨ ਮੇਰੇ ਭੂਲੇ ਮਨ ਮੇਰੇ ਭੂਲੇ ਕਿੰਨੇ ਕਿਉਂ ਭੁੱਲੇ ਬੁੱਤ ਜੇ ਫੈਕਟਰੀ ਚ ਲੱਗਿਆ ਤਾਰ ਲਾ ਲੈਣਾ ਉਥੋਂ 슈ਗਰ ਮਿਲ ਚ ਲੱਗਿਆ ਸੰਗਲ ਚੱਕ ਲੈਣਾ ਉਥੋਂ ਕੀ ਕਰਦਾ ਬੇ ਹਾਂਜੀ ਜੋ ਸੂਤਰ ਆਇਆ ਈ ਕੋਈ ਵੱਡੀ ਚੋਰੀ ਕਰਕੇ ਕੋਈ ਲੱਖਾਂ ਰੁਪਇਆ ਖਾ ਗਿਆ ਕੋਈ ਕਟ ਖਾ ਗਿਆ ਚੋਰੀ ਤੇ ਚੋਰੀ ਠੀਕ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨੂੰ ਮੇੜਦੇ ਰੀ ਜੀ ਪੈ ਲੀਜੇ ਪਤਾ ਫਿਰ ਕੀ ਹੋਣਾ ਹੈ ਜਿੰਨਾਂ ਦੀ ਖਾਤਰ ਲਿਆ ਹੈ ਕਿਸ ਤੋਂ ਕ腐ਸ਼ਨ ਕਰਕੇ ਠੱਗੀ ਮਾਰ ਕੇ ਕਿਸੇ ਦਾ ਕਮਿਸ਼ਨ ਖਾ ਕੇ ਅੱਜ ਪਤਾ ਕੀ ਚੱਲਦਾ ਪਿਆ ਹੈ ਦੱਸਦੇ ਨੇ ਬਾਹਰ ਲਈ ਬੱਚਿਆਂ ਨੂੰ 15 ਡਾਲਰ ਮਿਲਦੇ ਸੀ ਤੇ ਉਹਨਾਂ ਨੂੰ 12-12 ਦੇ ਰਹੇ ਨੇ 10-10 ਦੇ ਰਹੇ ਨੇ 8-8 ਦੇ ਰਹੇ ਨੇ ਧੱਕਾ ਕਰ ਰਹੇ ਨੇ ਧੱਕਾ ਉਹ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਵਿਚਾਰੇ ਦਰਫੀ ਸਭ ਭਰ ਕੇ ਗਏ ਨੇ ਮਾਂ ਪਿਓ ਨੇ ਮਸਾਂ ਭਰੀਆਂ ਪਤਾ ਨਹੀਂ ਕਿਵੇਂ ਭਰੀਆਂ ਨੇ ਤੇ ਉਹ ਜਿਹੜੇ ਕੱਟਣ ਵਾਲੇ ਨੇ ਮੇਰੇ ਵਰਗੇ ਧੱਕਾ ਕਰਨ ਵਾਲੇ ਉਹਨੂੰ ਇਹ ਨਹੀਂ ਪਤਾ ਵੀ ਇੱਕ ਦਿਨ ਤੁਹਾਡੇ ਤਨ ਨੇ ਵੀ ਕੀ ਹੋ ਜਾਣਾ ਬੋਡਾ ਉਹਦੋਂ ਕੀ ਕਰੋਗੇ ਜਿਨ੍ਹਾਂ ਦੀ ਖਾਤਰੇ ਕਰਦੇ ਉਹਨਾਂ ਤੇ ਪਾਣੀ ਵੀ ਨਹੀਂ ਪਾਉਣਾ ਠੀਕ ਹੈ ਕੀ ਕਹਿੰਦੇ ਮਹਾਰਾਜਾ ਛਿੰ ਛਿੰ ਤਨ ਚੀਜੇ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ ਦੇਖ ਆ ਹਾਲ ਹੋਣਾ ਕਿਹੜੇ ਕੰਮਾਂ ਨੂੰ ਪਿਆ ਏ ਬਾਬਾ ਕਬੀਰ ਕਹਿੰਦੇ-ਕਹਿੰਦੇ ਕਹਿ ਤਕ ਕਬੀਰ ਕੋਈ ਨਹੀਂ ਤੇਰਾ ਕੀ ਸਮਝਾਦਾ ਹੁਣ ਲੈ ਨਾ ਤੇਰਾ ਪੁੱਤਰ ਹੀ ਨਾ ਤੇਰੀ ਧੀ ਤੇ ਤੂੰ ਕਿਹੜੀ ਪੰਡ ਨੂੰ ਪਿਆ ਇਹਨਾਂ ਦਿਖਾ ਦੇ ਠੱਗੀਆਂ ਮਾਰੀ ਇਹਨੇ ਝੂਠ ਬੋਲੀ ਜੰਨਾ ਕਦੇ ਕੋਸ਼ ਇਕੱਠਾ ਕਰਦਾ ਕਦੇ ਕੋਸ਼ ਹੁਣ ਬਾਬਾ ਕਬੀਰ ਜੀ ਤਨ ਤਨ ਸਿੰਘ ਗੁਰਦਸ ਸਿੰਘ ਜੀ ਮਾਰਾ ਸਾਨੂੰ ਸਮਝਾਉਂਦੇ ਨੇ ਕਹਿ ਤਕ ਕਬੀਰ ਕੋਈ ਨਹੀਂ ਤੇਰਾ ਤੇ ਕੀ ਕਰ ਫਿਰ ਕਹਿੰਦੇ ਫਿਰ ਦੇ ਰਾਮ ਕੀ ਨਾ ਜਪੇ ਸਵੇਰਾ ਕਹਿੰਦਾ ਕਿਉਂ ਨਲਾਇਕਾ ਇਹਨਾਂ ਦੇ ਉਲਝ ਕੇ ਉੱਠਦਾ ਹੀ ਨਹੀਂ ਤੂੰ ਤੇ ਮਹਾਰਾਜ ਦਾ ਨਾਮ ਹੀ ਨਹੀਂ ਜਪਦਾ ਸਵੇ ਤੂੰ ਸਵੇਰਾ ਮਤਲਬ ਸੁਬਾ ਅਮਰਤ ਵੇਲੇ ਇਹਸ ਕਾਰਿਕੇ ਉੱਠ ਜਪਲਾ ਇਹਨੇ ਨਾਲ ਜਾਣਾ ਨਹੀਂ ਤਾਂ ਕਿਸਨੇ ਉਹ ਚ ਪਾਣੀ ਨਹੀਂ ਪਾਣਾ ਤੁਸੀਂ ਅੱਜ ਦੇਖੋ ਜਿਨ੍ਹਾਂ ਨੇ ਓਕ ਚ ਪਾਣੀ ਪਾਉਣਾ ਸੀ ਉਹ ਤਾਂ ਸਾਡੇ ਕੋਲੇ ਆ ਨਹੀਂ ਗਏ ਠੀਕ ਹੈ ਜੀ ਗਰਬਾਣੀ ਨੂੰ ਕੋਈ ਗਲਤ ਕਰ ਸਕਦਾ ਨਹੀਂ ਜੰਮਿਆ ਕੋਈ ਗਲਤ ਕਰਨ ਵਾਲਾ ਬੱਚੇ ਤਾਂ ਚਲੇ ਗਏ 707 ਤੋਂ ਦੂਰ ਹੁਣ ਅਸੀਂ ਹੋ ਗਏ ਬਿਮਾਰ ਤੇ ਅੱਗੇ ਓਕ ਨਾਲ ਪਾਣੀ ਪੀਂਦੇ ਸੀ ਨਾ ਲੋਕ ਹੁਣ ਤਾਂ ਗਲਾਸ ਨਾਲ ਪੀਂਦੇ ਨੇ ਤੇ ਫਿਰ ਹੁਣ ਕੌਣ ਪਾਏਗਾ ਪਾਣੀ ਸਾਨੂੰ ਦੱਸੋ ਜੇ ਗਵਾਂਢੀ ਨੂੰ ਆਵਾਜ਼ ਮਾਰਾਂਗੇ ਉਹਦੇ ਵੀ ਗਏ ਨੇ ਹੰ ਮਨਸੋ ਕੀ ਹੋ ਗਿਆ ਇਹਸ ਕਰਕੇ ਮਹਾਰਾਜ ਕੀ ਕਹਿੰਦੇ ਨੇ ਵੀ ਫਿਰ ਕਿਸੇ ਨੇ ਤੇਰੀ ਓਗ ਵਿੱਚ ਪਾਣੀ ਨਹੀਂ ਪੋਣਾ ਮਤਰਾ ਦੂਜੀ ਗੱਲ ਕਹਿੰਦੇ ਇਹ ਕਾਲ ਐਸਾ ਸ਼ੈਤਾਨ ਹੈ ਜੇ ਕਿਸੇ ਨੂੰ ਕਰਮ ਨਹੀਂ ਦਿੰਦਾ ਤਾਂ ਤੰਗ ਕਰਦਾ ਠੀਕ ਹੈ ਜੇ ਕਿਸੇ ਕੋਲੇ ਕਰਮ ਨਹੀਂ ਹੈਗਾ ਨਾ ਤਾਂ ਉਹਨੂੰ ਪੰਜੇ ਤੰਗ ਕਰਦੇ ਨੇ ਲਈ ਤੂੰ ਤਾਂ ਬਿੱਲਾ ਯਾਰ ਤੈਨੂੰ ਕੰਮ ਹੀ ਨਹੀਂ ਇਹ ਪੂਜਾ ਨੌਕਰੀ ਜਾਂਦਾ ਈ ਖੇਤੀ ਜਾਂਦਾ ਈ ਦਿਹਾੜੀ ਜਾਂਦਾ ਈ ਆ ਕਰਦਾ ਈ ਉਹ ਕਰਦਾ ਈ ਤੰਗ ਕਰੇਗਾ ਜੇ ਕੰਮ ਤੇ ਲਾ ਲਿਆ ਫਿਰ ਤੰਗ ਕਰੇਗਾ ਸਿਮਰ ਨਹੀਂ ਕਰੰਦੇਗਾ ਇਸ ਕਰਕੇ ਗੁਰੂ ਪਿਆਰੇ ਹੋ ਮਹਾਰਾ ਜੀ ਤੁਹਾਨੂੰ ਇੱਕ ਕੰਮ ਗੁਰੂ ਤੇ ਸਤਗੁਰ ਦਿੰਦੇ ਨੇ ਬਹੁਤ ਉਹ ਕਰੋ ਉਹ ਕੀ ਹੈ ਸਿਮਰਨ ਭਜਨ ਬੰਦਗੀ ਗੁਰਸਤਗੁਰ ਕਾ ਜੋ ਸੇਖਾ ਖਾਏ ਸੋ ਭਲਕੇ ਉੱਠ ਕੰਮ ਮਿਲਿਆ ਕਿ ਨਹੀਂ ਦੱਸੋ ਬੋਲੋ ਮਿਲਿਆ ਕੰਮ ਕਿ ਨਹੀਂ ਕੋਈ ਵੀ ਕੰਮ ਕੰਮ ਹੀ ਆ ਸਿਮਰਨ ਕਰਨਾ ਮੰਨ ਲਓ ਉੱਠ ਕੇ ਵਾਹ ਗੁਰੂ ਵਾਹ ਗੁਰੂ ਨਾ ਨਾ ਸ਼ਰਾਨ ਕਰਕੇ ਜਾਂ ਵਾਹ ਗੁਰੂ ਵਾਹ ਗੁਰੂ ਕਰਨ ਲੱਗ ਪਏ ਤੇ ਕੀ ਹੋ ਗਿਆ ਕੰਮ ਨਹੀਂ ਮਿਲਿਆ ਇਹ ਗੁਰ ਸਤਗੁਰ ਕਾਜੋ ਸਿੱਖ ਖਾਇ ਸੋ ਭਲਕੇ ਉੱਠ ਹਰਨਾ ਹੁਕਮ ਕੀਤਾ ਨਾ ਮਾਰੇ ਨੀ ਭਲਕੇ ਉੱਠ ਹਰਨਾਮ ਤੇ ਆਏ ਅਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਿਖ ਪਾਪ ਦੁਖ ਲੈ ਜਾਂ ਅਮਰ ਸਤਿ ਸ਼੍ਰੀ ਅਨੰਨ ਕਰਨਾ ਸੱਚ ਮਾਲ ਕਹਿੰਦੇ ਗੁਰ ਸਤਿਗੁਰ ਕੋ ਅੱਜ ਸਿੱਖ ਖਾਇ ਸੁ ਭਲ ਕੇ ਉਠਰ ਨਾਮ ਤੇ ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸਰਨਾਏ ਰੋਜ਼ ਇਹ ਨਾਣਾ ਅੰਦਰ ਜਿਹੜਾ ਅਮਰ ਸਰ ਬੰਦ ਹੈ ਨਾਮ ਚ ਸਮਾ ਕੇ ਅਮਰਤ ਪੀਣਾ ਉਹਦੇ ਵਿੱਚ ਇਸ਼ਨਾਨ ਕਰਨਾ ਮਨ ਨਿਰਮਲ ਹੋ ਜਾਏਗਾ ਇਸ ਕਰਕੇ ਹਰ ਜਪੰਦਿਆਂ ਖਿੰਨ ਟਿਲ ਨਾ ਕੀਜੇ ਮੇਰੀ ਜਿੰਦੜੀਏ ਮਤ ਜਾਪੇ ਸਾ ਆਵੇ ਕਿ ਨਾ ਆਵੇ ਨਾ ਹੁਣ ਆਪਣੇ ਬਾਪੂ ਦਾ ਸਾ ਰੁਗ ਗਿਆ ਤੇ ਆਪਾਂ ਕਰਤਾ ਨਾ ਸੰਸਕਾਰ ਕੌਣ ਰੱਖਦਾ ਈ ਮੁੜ ਕੇ ਸਜਣਾ ਨਾ ਰੱਖਣ ਜੋਗ ਰਿੰਦਾ ਬੰਦਾ ਇਸੇ ਤਰ੍ਹਾਂ ਹੁਣ ਮਹਾਰਾ ਕਹਿੰਦੇ ਐ ਆਪਣੇ ਕਾਰਜ ਕੋ ਕਿਉਂ ਹਲਕਾਈਏ ਹਾਲਸ ਕਿਉਂ ਕਰੀਏ ਆਪਣੇ ਕਾਰਜ ਕੋ ਕਿਉਂ ਹਲਕਾਈਏ ਜਿਸ ਸਿਮਰਤ ਸਦਾ ਸਦਾ ਮੁਖ ਉੱਜਲ ਜਿਸੇ ਮਰਤ ਹੈ ਦਰਗਾਹ ਉਜਲ ਸਦਾ ਸਦਾ ਸੁਖ ਪਾਈ ਹੈ ਨਾ ਦਰਗਾਹ ਦੇ ਵਿੱਚ ਮੁਖਜਲ ਹੋਏਗਾ ਨਹੀਂ ਤੇ ਲੋਕਾਂ ਨੂੰ ਦਰਗਾਹ ਦਾ ਪਤਾ ਹੀ ਨਹੀਂ ਲੱਗਦਾ ਦਰਗਾਹ ਕਿੱਥੇ ਇਸ ਕਰਕੇ ਸਾਹਮਣੇ ਸਾਡਾ ਘਰ ਆ ਤੇ ਆ ਪ੍ਰਮਾਤਮਾ ਸਾਡਾ ਬਿਤਾ ਪ੍ਰਕਾਸ਼ ਰੂਪ ਆ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਰਾਤ ਅੱਪਾ ਵਿਚਾਰ ਕੀਤੀ ਸੀ ਸ਼ਨੀਵਾਰ ਨੂੰ ਵੀ ਇਸ ਤਰੀਕੇ ਨਾਲ ਵਿਚਾਰ ਆਉਂਦਾ ਵਪਾਰ ਕਰੋ ਸਵਾਸਾਂ ਦਾ ਸਮਝ ਆ ਗਈ ਸੀ ਆਈ ਸੀ ਕੀ ਕਰਨਾ ਹੈ ਕਾਸ਼ ਦੱਸ ਕੀ ਕਿਹਾ ਸੀ ਅਹ ਲੌਜ ਕਰਨੇ ਕਰੋ ਇਹ ਕਦਮ ਲੰਗਰਾਲ ਸੀ ਘਰੀ ਬੈਠਾ ਵਪਾਰੇ ਕੌਲੀਆਂ ਬਾਟੀਆਂ ਦਾ ਹਾਂਜੀ ਤੂੰ ਦੱਸ ਬਈ ਸੋਸਾਂ ਦਾ ਹਾਂ ਸੋਸਾਂ ਦਾ ਕੀ ਕਰਨਾ ਹੈ ਵਪਾਰ ਕਿਵੇਂ ਅਹ हाँ हाँ सब तो वैसिया व्यापार सौखा तरीका संगत आओ सी खेप जमा आएगी ठीक है ना? इस करके छे तरीक शाम तो वह तो वह दस दो लेकिन आज भी नवे पातशाह ने खजाना खोलना है ठीक है तो लुटो कबीर लुटना है तो लुट ले राम नाम है हूँ देखो ਬਾਬਾ ਕਬੀਰ ਜੀ ਨੇ ਸਾਨੂੰ ਕਿਹਾ ਲੁੱਟ ਨਹੀਂ ਕਰਨੀ ਕੀ ਨਹੀਂ ਕਰਨੀ ਕਿਸੇ ਤੋਂ ਕ腐ਸ਼ਨ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦਾ ਧੋਖਾ ਨਹੀਂ ਕਰਨਾ ਕੀ ਹੋ ਗਿਆ ਇਹ ਰੁਕਿਆ ਬਹੁ ਪਰਪੰਚ ਕਰ ਪਰ ਤੈਨ ਲੈ ਇਹ ਨਹੀਂ ਕਰਨਾ ਤੇ ਫਿਰ ਉਹਨਾਂ ਨੇ ਕਿਹਾ ਵੀ ਤੂੰ ਬੁੱਢਾ ਹੋ ਜਾਣਾ ਤੇਰੀ ਉਮਰ ਚ ਕਿਸੇ ਬਾਣੀ ਨਹੀਂ ਪਾਉਣਾ ਤੇ ਹੁਣ ਤੂੰ ਕੀ ਘਰ ਪੁੱਤ ਹੁਣ ਆਪ ਹੀ ਕਹਿ ਰਹੇ ਨੇ ਲੁੱਟ ਘਰ ਕੀ ਕਹਿ ਰਹੇ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ RAM ਨਾਮ ਹੈ ਲੂਟ ਫਿਰ પાਛੇ ਪਛਤਾਓਗੇ ਜਦ ਪ੍ਰਾਨ ਜਾਣਗੇ ਉਦੋਂ ਹੀ ਬਟੂਆ ਕੱਢ ਲੈਣਗੇ ਜੇਬ ਚ ਹਾਂਜੀ ਲਈ ਲਗੋਟੀ ਤੋੜ ਅੱਗੇ ਲਗੋਟੀ ਹੀ ਮੋਨਦੀ ਸੀ ਨਾ ਕਿ ਮੋੜਾਂ ਜਾਂ ਪੈਸੇ ਤੇ ਲਾ ਲੈਂਦੇ ਸੀ ਲਗੋਟੀ ਉਦੋਂ ਹੀ ਹਾਂਜੀ ਇਸ ਕਰਕੇ ਗਰਮ ਪਿਆ ਰਹੋ ਵੇਖੋ ਵੀਰ ਜੀ ਇੱਥੋਂ ਤੱਕ ਜੀਵ ਗਿਰ ਜਾਂਦਾ ਹੈ ਸੰਗਤ ਨਾ ਹੋਣ ਕਰਕੇ ਅਸੀਂ ਖੁਇਆ ਸਰਵਰ ਨਾਕਾ ਲਾਇਆ ਉਥੇ ਐਕਸੀਡੈਂਟ ਹੋ ਗਿਆ ਅਸੀਂ ਉਧਰ ਨੂੰ ਗਏ 2 ਕਿਲੋਮੀਟਰ ਅੱਗੇ ਸੀਗਾ ਤੇ ਜਿਹੜਾ ਬੰਦਾ ਮਰ ਗਿਆ ਉਹਦੀਆਂ ਦੋ ਛਾਪਾਂ ਹੀ ਲਾ ਕੇ ਲੈ ਗਿਆ ਕੋਈ ਦੇਖੋ ਸਾਡੇ ਸਾਹਮਣੇ ਭੱਜ ਗਿਆ ਲਾ ਕੇ ਦੇਖੋ ਉਹ ਨੂੰ ਇਹ ਨਹੀਂ ਸਮਝਾ ਰਹੀ ਵੀ ਭਰਾ ਮੇਰੇ ਕੱਲ ਨੂੰ ਨੰਬਰ 13 ਵੀ ਲੱਗਣ ਲਾਈ ਜੇ ਤੇਰਾ ਐਕਸੀਡੈਂਟ ਹੋ ਗਿਆ ਫੇਰ ਭੁੱਲਿਆ ਮਨ ਮਨ ਭੁੱਲੇ ਕਪਟ ਨਾ ਕੀਜੇ ਅੰਤਨ ਵੇੜਾ ਤੇਰੇ ਜੀ ਪੇ ਲੀਜੇ ਇਸ ਕਰਕੇ ਗੁਰਮ ਪਿਆਰਿਓ ਉਹ ਹੁਣ ਕਿਉਂ ਭਜਾਈ ਦੱਸੋ ਹੁਣ ਤੁਸੀਂ ਜਵਾਬ ਦਿਓ ਸੰਗਤ ਕਰਦੇ ਹੋ ਤੁਸੀਂ ਬ੍ਰਹਮ ਗਿਆਨੀਓ ਸਾਰੇ ਦੇਖ ਕਿਉਂ ਛਾਪਾਂ ਲਾ ਕੇ ਭਜਿਆ ਮਨੋ ਦੱਸੋ ਤੁਸੀਂ ਦੱਸੋ ਜੀ ਅਮਨ ਤੂੰ ਦੱਸ ਵੀ ਬੋਲ ਬੋ ਤਾ ਹੂੰ ਤੁਸੀਂ ਦੱਸੋ ਪ੍ਰਧਾਨ ਸਾਹਿਬ ਮਮ ਜੀ ਤੁਹਾਨੂੰ ਆਪ ਨੂੰ ਇਹ ਲਾ ਦੇਣਾ ਪੈਣਾ ਹੈ। ਹਾਂ। ਲੇਖਾ ਆਪ ਨੂੰ ਦੇਣਾ ਪੈਣਾ। ਹੁਣ ਕਾਰਨ ਕੀ ਉਹਨੇ ਕਿਉਂ ਕੀਤਾ ਇਹ ਕੰਮ? ਉਹਨੇ ਇਹ ਸਰੀਰ ਨੂੰ ਆਪਦਾ ਸਮਝਾਇਆ ਹੈ। ਸੰਗਤ ਨਹੀਂ ਕੀਤੀ, ਸਰੀਰ ਨੂੰ ਆਪਦਾ ਸਮਝਾਇਆ ਹੈ ਕਮਲਾ ਹੈ। ਕਮਲਾ ਹੈ ਕਮਲਾ ਬੈਨਾਵੇਂ ਜੱਗ। ਕਮਲਾ ਫਰੇ ਤੇ ਕਮਲਾ ਹੀ ਮਰੇ ਦੀਆਂ ਚੀਜ਼ਾਂ ਲਾ ਕੇ ਭਜੇਗਾ ਦੂਜੇ ਦਾ ਡਰਦਾ। ਉਹ ਕੀ ਡਰਦਾ ਹੈ? ਇਕ ਕੱਲ ਨੂੰ ਮੇਰਾ ਵੀ ਹਾਲ ਹੋਇਆ ਇਹ ਹੋਣ ਵਾਲਾ ਇਹੀ ਹਵਾਲ ਹੋਏਗੇ ਤੇਰੇ ਇਹ ਹੈ ਗੁਰੂ ਗ੍ਰੰਥ ਸਾਹਿਬ ਐਸਾ ਗੁਰੂ ਨਹੀਂ ਲੱਭਦਾ ਕਿਤੋਂ ਬੈਟਰੀਆਂ ਲੈ ਲੈ ਲੱਭਦੇ ਫਿਰੋ ਠੀਕ ਹੈ ਕਹਿੰਦੇ ਪੁੱਤ ਜੇ ਤੂੰ ਸੰਗਤ ਕੀਤੀ ਹੁੰਦੀ ਤੈਨੂੰ ਪਤਾ ਸੀ ਕੱਲ ਨੂੰ ਐ ਤੂੰ ਭੁੜਕੇਂਗਾ ਅੱਜ ਭੁੜਕਦਾ ਸੀ ਚਿਹਰਾ ਹੋ ਪਿਆ ਮਰ ਗਿਆ ਤੂੰ ਦੀ ਛਾਪਾਂ ਲਾ ਕੇ ਭੱਜ ਗਿਆ ਦਸ ਯਾਰ ਇੰਨਾ ਸੁੱਤਾ ਮਾਣ ਇੰਨਾ ਸੁੱਤਾ ਵੈਗਰੂ ਜੀ ਇਹਨਾਂ ਮਾਣਾਂ ਨੂੰ ਕਿਵੇਂ ਜਗਾਓਗੇ ਕਿਤਾ ਕਲਗੀਆਂ ਵਾਲੇ ਕਿਰਪਾ ਕਰੇਗਾ ਇਸ ਕਰਕੇ ਹੌਲੀ 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 ਜੇਕਰ ਨਾਮ ਜਪਣਾ ਵਾਹਿਗੁਰੂ ਵਾਹਿਗੁਰੂ ਬੋਲਣਾ ਤੇ ਉਹਨਾਂ ਦੀ ਮੈਲ ਉਤਰਨੀ ਸ਼ੁਰੂ ਹੋ ਜੇ ਫਿਰ ਸੁੱਖ ਮਿਲੇਗਾ ਫਿਰ ਪਤਾ ਲੱਗੇਗਾ ਵੀ ਸੋਨਾ ਵੀ ਮਿੱਟੀ ਹੈ ਤੇ ਆ ਵੀ ਮਿੱਟੀ ਹੈ ਆ ਵੀ ਮਿੱਟੀ ਹੈ ਠੀਕ ਹੈ ਮਾਟੀ ਮਾਟੀ ਹੋਈ ਇੱਕ ਰੋਣ ਹਾਰੇ ਕੀ ਕਵਨ ਟੇ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਹੋ ਤੋ ਜਲਤ ਪਿਆ ਚਲਾ ਗਿਆ ਵਿਚਾਰਾ ਜਿੱਥੋਂ ਆਇਆ ਸੀ ਰੋਜ਼ ਹੀ ਆਉਂਦਾ ਸੀ ਰੋਜ਼ ਹੀ ਜਾਂਦਾ ਸੀ ਉਦੋਂ ਅਸੀਂ ਪਛਾਣਦੇ ਨਹੀਂ ਸੀ ਉਦੋਂ ਇਹ 扑ਕਦੇ ਫਿਰਦੇ ਸੀ ਅਸੀਂ ਐ ਨਹੀਂ ਆ ਇਹ ਨਹੀਂ ਉਹ ਠੀਕ ਹੈ ਇਸ ਕਰਕੇ ਬੇਨਤੀ ਆਪ ਜੀ ਦੇ ਚਰਨਾਂ 'ਚ ਸਮਾ ਤਗਿਆ ਦਿਨ ਚੜਦਾ ਗਿਆ ਦਿਨ ਚੜੇ ਫਿਰ ਆਥਵੇ ਆਥਨ ਆ ਗਿਆ ਰੈਂਸ ਬਾਈ ਜਾਏ ਠੀਕ ਹੈ ਰੈਣ ਵੀ ਗਈ ਆਵ ਘਟੇ ਨਰ ਨਹੀਂ 부জে ਨਿਤਨੇਤ ਮੂਸਾ ਲਾਜ ਟਕਾਏ ਉਹ ਮੂਸਾ ਜਮ ਟੁਕੀ ਜਾਂਦਾ 700 ਰੁਪਏ ਰਸੀ ਨੂੰ ਚੂਹੇ ਕੰਮ ਦਾ ਟੁਕਣਾ ਉਹ ਵਿਹਲਾ ਬੈਠਾ ਜੋ ਰਾਤ ਨੂੰ ਰਥਿਆ ਟੁਕੀ ਜਾਂਦਾ ਇਹ ਵੀ ਇਹਨਾਂ ਦੀ ਡਿਊਟੀ ਹੈ ਤੇ ਆਪਾਂ ਇਹ ਰੋੜ ਟੁੱਟ ਜੇ ਤੇ ਫੇਰ ਪੰਗਾ ਫੇਰ ਕਿਵੇਂ ਕਿਧਰ ਜਾਵਾਂਗੇ ਤੇ ਇਸ ਡੋਰ ਦੇ ਹੁੰਦਿਆ ਹੁੰਦੇ ਆ ਉਸ ਡੋਰ ਨਾਲ ਜੁੜ ਜੀਏ ਨਾਮ ਦੇ ਨਾਲ ਰਬ ਜੀਓ ਡੋਰੀ ਹੱਥ ਤੇਮਾਰੇ ਹੁਣ ਪ੍ਰਭੂ ਦੇ ਹੱਥਾਂ ਡੋਰੀ ਹੈਗੀ ਹੈ ਕੋਈ ਸ਼ੰਕਾ ਨਹੀਂ ਤੇ ਜੇ ਥੱਲੇ ਹੁਣ ਮੂਸੇ ਨੇ ਟੁੱਕਦੀ ਉਧਰ ਪ੍ਰਭੂ ਦੇ ਹੱਥ ਡੋਰੀ ਉਧਰ ਆਪਣੇ ਨਾਲ ਆਪ ਨੂੰ ਜੋੜਿਆ ਨਾ ਫੜੇ ਹਨ ਤੇ ਇੱਥੇ ਵਿਚਾਲੇ ਟੁੱਕ ਗਿਆ ਚੂਹਾ ਤੇ ਡੋਰੀ ਰਹਿ ਗਈ ਪ੍ਰਭੂ ਦੇ ਹੱਥ ਚ ਤੇ ਵੇਖ ਲੋ ਕੀ ਹਾਲ ਹੁੰਦਾ ਫਿਰ ਹਾਲੇ ਇਸ ਕਰਕੇ ਜੀ ਬੜਾ ਸੌਖਾ ਏ ਗੁਰੂ ਨਾਨਕ ਦੇਵ ਜੀ ਨੇ ਬੜੀ ਬੜੀ ਕਿਰਪਾ ਕੀਤੀ ਅਗੋ ਮਹਾਪੁਰਸ਼ ਭੇਜੇ ਇਹਨੇ ਉਹਨਾਂ ਨੇ ਉਹਨਾਂ ਨੇ ਗਾਂ ਫਿਰ ਸਮਝਾਇਆ ਹਾਂਜੀ ਤੇ ਵੀ ਪੁੱਤੋ ਬੈਠੇ ਮੋਜ ਨਾਲ ਬਿਸਤਰਿਆਂ ਦੇ ਵਿੱਚ ਸਰਦਾਰ ਉਹ ਰੋਟੀ ਕੱਪੜਾ ਮਕਾਨ ਤੋਨੂੰ ਦਿੱਤਾ ਵਿੱਚ ਬੈਠ ਕੇ ਮਾਰ ਕੇ ਬੁੱਕਲਵਾਹ ਗੁਰੂ ਵਾਹਿਗੁਰੂ ਕਰੋ ਸਹਿ ਸਹਿ ਨਾ ਕਰੋ ਫਿਰ ਸੰਗਤ ਇੱਕ ਦੇ ਕੋ ਗੁਰਮੁਖ ਨੇੜੇ ਤੋਂ ਦਾ ਸੰਗ ਜ਼ਰੂਰ ਕਰੋ ਨੇਕ ਸੰਗ ਐਸੇ ਗੁਰਮੁਖਤਾ ਕਰੋ ਜਿਹੜਾ ਤ੍ਰਿਗੁਣੋਂ ਤੋਂ ਉੱਪਰ ਉੱਟ ਚੁੱਕਿਆ ਹੈ ਜਿਹਦੇ ਅੰਦਰ ਲਾਲਚ ਨਹੀਂ ਹੈਗਾ ਜਿਹੜਾ ਕੋਈ ਵੀ ਡਿਮਾਂਡ ਨਹੀਂ ਰੱਖਦਾ ਕਥਾ ਦੇ ਪੈਸੇ ਨਹੀਂ ਲੈਂਦਾ ਨੂੰ ਕੋਈ ਤੁਹਾਡੇ ਤੋਂ ਡਿਮਾਂਡ ਨਹੀਂ ਕਰਦਾ ਠੀਕ ਹੈ ਜੀ ਸਿਰਫ ਸੇਵਾ ਕਰਦਾ ਹੈ ਉਹਦਾ ਸੰਗ ਕਰੋ ਉਹਦਾ ਸੰਗ ਸਫਲ ਹੈ ਕਿਉਂਕਿ ਹਰ ਵੇਲੇ ਨਾਮ ਦੀ ਉਸਤਤੀ ਕਰਦਾ ਹੈ ਸੱਚ ਦੀ ਉਸਤਤੀ ਕਰਦਾ ਹੈ ਸਫਲ ਜੀਵਨ ਸਫਲਤਾ ਦਾ ਸੰਗ ਜਾਂਕੇ ਮਨ ਲੱਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੋ ਸੋ ਆਨੰਦ ਕਰੇ ਪ੍ਰਭ ਗਾਜੇ ਪਰਗਟੇ ਗਪਾਲ ਮਹੰਤ ਕੇ ਮਾਥੇ ਨਾਨਕ ਉਦਰੇ ਆ ਦੇਖੋ ਨਾ ਆਪਾਂ ਬੱਚੇ ਬੱਚੀ ਦਾ ਵਿਆਹ ਕਰਦੇ ਤੇ ਬੱਚੀ ਰੰਗ ਕੇ ਕੱਪੜੇ ਪਾਉਂਦੀ ਹਨ ਮਹਿੰਦੀ ਲਾਉਂਦੀ ਆ ਦੇ ਪਤੀ ਦੀ ਗੁਣਗਾਈ ਜਾਂਦੀ ਆ ਦੇ ਹੱਥਾਂ ਨੂੰ ਵੇਖ ਕੇ ਤਾਂ ਪਤੀ ਯਾਦ ਆਉਂਦਾ ਕੋ ਮਹਿੰਦੀ ਲਾਈ ਸ਼ਿੰਗਾਰ ਨੂੰ ਇਹਦੀ ਤਾਂ ਪਤੀ ਯਾਦ ਆਉਂਦਾ ਇਸੀ ਤਰ੍ਹਾਂ ਸੁਆਗਣਾ ਨੀ ਗੁਰਮਖ ਉਹਨਾਂ ਦੇ ਮਨ ਨੂੰ ਰੰਗ ਲੱਗਿਆ ਠੀਕ ਹੈ ਇਹ ਤਨ ਪਾਇਆ ਮਾਇਆ ਪਾਇਆ ਪਿਆਰੇ ਲਈ ਤੇੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਜਿਉ ਕਿਉਂ ਤਨ ਸਿੱਧੇ ਜਾਏ ਉਹਨੂੰ ਚਰ ਜਾ ਨਹੀਂ ਸਕਦੀ ਇਸ ਕਰਕੇ ਫਿਰ ਕਹਿੰਦੇ ਕਾਇਆ ਰੰਗਣ ਜੇ ਥੀ ਇਹ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਹਿਬ ਐਸਾ ਰੰਗ ਦੇਠ ਹੁਣ ਆ ਗਈ ਗੱਲ ਸੁਹਾਗਣ ਵਾਲੀ ਕਹਿੰਦੇ ਜਿੰਨ ਕੇ ਚੋਲੇ ਰਤੜੇ ਪਿਆਰੇ ਹੁਣ ਉਹਦੇ ਚੋਲੇ ਕੁੜੀ ਦੇ ਪਾਏ ਨੇ ਆਪਦੇ ਕਪੜੇ ਉਹਨੂੰ ਚੋਲਾ ਕਹਿੰਦੇ ਨੇ ਨਾ ਸੂਟ ਪਾਇਆ ਹੈ ਲਾਲ ਰੰਗ ਦਾ ਜਿੰਨ ਕੇ ਚੋਲੇ ਰਤਨੇ ਪਿਆਰੇ ਕੰਤ ਦੇ ਨਾਂ ਕੇ ਪਾਸ ਇੱਧਰ ਹੁਣ ਸਾਡੇ ਮਨ ਦਾ ਚੋਲਾ ਗੁਰਮੁਖਾਂ ਕੋਲੇ ਉਰਤਾ ਆਇਆ ਹੈ ਹਰ ਨਾਮਾ ਹਰ ਰੰਗ ਹੈ ਦੱਤਾ ਹੈ ਮਨ ਦਾ ਨਾਮ ਵਿੱਚ ਹੁਣ ਉਹਨਾਂ ਦੇ ਉਸ ਨੂੰ ਚੋਲਾ ਕਿਹਾ ਜਾ ਰਿਹਾ ਜਿਹੜਾ ਮਨ ਨੇ ਪਾਇਆ ਮਨ ਕਪੜਾ ਪਾਉਂਦਾ ਨਾ ਸੁਖ ਦਾ ਸਿਫਤ ਸਲਾਹ ਦਾ ਇਸ ਕਰਕੇ ਮਨ ਨੇ ਕਪੜਾ ਪਾ ਲਿਆ ਔਰ ਰੰਗ ਕੇ ਉਸ ਮਾਲਕ ਦੇ ਰੰਗ ਚ ਨਾਮ ਚ ਜਿਨ ਕੇ ਚੋਲੇ ਰਤੜੇ ਪਿਆਰੇ ਤੰਤ ਤਨਾ ਕੇ ਪਾਸ ਦੂੜ ਤਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਕਹਿੰਦੇ ਇਹੋ ਜੇ ਗੁਰਮਖੰਦਾਂ ਦਾ ਸੰਗ ਮਿਲ ਜੇ ਤੇ ਮਾਰੇ ਕਿਰਪਾ ਜੀ ਹੁਣ ਬੱਚੀ ਦਾ ਵਿਆਹ ਹੋਇਆ ਹੁੰਦਾ ਉਹਦੇ ਚੂੜਾ ਪਾਇਆ ਹੁੰਦਾ ਕੀ ਕੁਛ ਪਾਇਆ ਸਾਰੇ ਵੇਹਣ ਨੇ ਉਹਦੇ ਵੱਲ ਠੀਕ ਹੈ ਨਾ ਕਿ ਉਹ ਵਿਆਹੀ ਬੱਚੀ ਇੱਥੇ ਗੁਰੂ ਘਰ ਜਾ ਮੱਥਾ ਟੇਕਣ ਆਵੇ ਸਾਰੇ ਉਹਦੇ ਹਲ ਵੇਹਣਦੇ ਨੇ ਕੋ ਦਾ ਲਿਬਾਸ ਦੂਜਿਆਂ ਤੋਂ ਹਟਕੇ ਐ ਇਸੇ ਤਰ੍ਹਾਂ ਜਿਹੜੀ ਸੁਹਾਗਣ ਹੁੰਦੀ ਐ ਉਹਦਾ ਲਿਬਾਸ ਉਹਦੇ ਬਚਨਾ ਕਰਕੇ ਹੁੰਦਾ ਐ ਉਹ ਜਿੱਥੇ ਬੋਲਦੀ ਐ ਸਿਮਨ ਕਰਾਏਗੀ ਜਾ ਕੇ ਬੈਠੇਗੀ ਨਾ ਸਿਮਨ ਕਰਾਏਗੀ ਮਾਰੇ ਕਹਿੰਦੇ ਜਿੱਥੇ ਜਾਏ ਬਹੇ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਨਾਮ ਧਿਆਵਣਾ ਸੋ ਕੀ ਸੁਖ ਦੁਖ ਲਾਗੇ ਨਹੀਂ ਆਏਗਾ ਸੋ ਇੰਨੀ ਕਿ ਸਿਹਤ ਯਾਜਤ ਦਿੰਦੀ ਹੈ ਜੀ ਬੁੱਢੇ ਹੋ ਗਏ ਹੁਣ ਹਾਂਜੀ ਤੇ ਜੇ ਚਾਰ ਦਿਨ ਜ਼ਿੰਦਗੀ ਇਲਾਹਾ ਲੈ ਲੋ ਭਾਈ ਫਿਰ ਨਾ ਕਿਹਾ ਦੱਸਿਆ ਕੋ ਨਹੀਂ ਉਧਰ ਆਪਣੇ ਭਾਸ਼ਾ ਇਹ ਬੋਲਦੇ ਨੇ ਨਾ ਰਾਵ ਰਾਵ ਉਹ ਇਹ ਬੋਲਦੇ ਨੇ ਆਪਣੇ ਇਹ ਨਾ ਕਹੇ ਦੱਸਿਆ ਨਹੀਂਗਾ ਕੰਨੇ ਫਿਰ ਕੋ ਨਹੀਂ ਦੱਸਾਇਆ ਫਿਰ ਨਾ ਕਿ ਆਜ ਦੱਸਾ ਕੋ ਨਹੀਂ ਪਹਿਲਾਂ ਦੱਸ ਦੇ ਨਹੀਂ ਠੀਕ ਹੈ ਬੜੇ ਪਿਆਰੇ ਲੱਗਦੇ ਨੇ ਇਸ ਕਰਕੇ ਲਾਹਾ ਜੀ ਇਸ ਜੱਗ ਦੇ ਵਿੱਚ ਨਾਮ ਠੀਕ ਹੈ ਵਾਜੋ ਗਬਨ ਭੂਲ ਮਤ ਜਾਹੋ ਮਾਨਸ ਜਨਮ ਕਾ ਚੀਤੇ ਛੇ ਦਰੀਗ ਨੂੰ ਸਾਰੇ ਜਣੇ ਤਗੜੇ ਹੋ ਕੇ ਆਓ ਤੇ ਹੋਰਾਂ ਨੂੰ ਵੀ ਲਿਆਓ ਭੁਲ ਜੋਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ